चेयरमैन भगवान वाल्मीकि आदि धर्म समाज दलित सुरक्षा सेना चेयरमैन पंजाब अज परमिंदर सिंह पंडाल साहब साढ़े जो डी सी पी अमृतसर ने उन्हां दे ऑफिस विच समूह वाल्मीकि जथेबंदियां दी मीटिंग हुई है। उस दे विच संत मेघनाथ जी जो कि विशेष तौर पर आए सीगे और इन्हां ने जो रेल रोको अंदोलन का किया सीगा भी असीं रेला रोकांगे शताब्दी एक्सप्रैस रोकांगे ਉਹ ਇਹਨਾਂ ਨੇ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਪੂਰਾ ਸਾਥ ਦੇਵਾਂਗੇ ਵੀ ਤੁਸੀਂ ਜਿਹੜਾ ਰੇਲ ਰੋਕੋ ਦਾ ਵੀ ਇਹਨੂੰ ਕੈਂਸਲ ਕਰ ਦਿਓ। ਫਿਰ ਉਹਨਾਂ ਦੇ ਆਸ਼ਵਾਸਨ 'ਤੇ ਅਸੀਂ ਇਹ ਕੈਂਸਲ ਕਰ ਦਿੱਤਾ ਰੇਲ ਰੋਕੋ ਅੰਦੋਲਨ ਜਿਹੜਾ ਸੀਗਾ ਅਤੇ ਹੁਣ ਅਸੀਂ ਸਮੂਹ ਸਾਰਾ ਵਾਲਮੀਕਿ ਭਾਈਚਾਰਾ ਕੇਂਦਰੀ ਵਾਲਮੀਕਿ ਮੰਦਰ ਤੋਂ ਪੂਰੇ ਸ਼ਹਿਰ 'ਚ ਰਾਊਂਡ ਲਾ ਕੇ ਪੂਰਾ ਸ਼ਹਿਰ ਬੰਦ ਕਰਾਵਾਂਗੇ ਅਤੇ ਜੋ ਲੋਕ ਸਾਡੇ ਐਸ ਸੀ ਸਮਾਜ ਦੇ ਹੱਕ ਮਾਰ ਕੇ ਬੈਠੇ ਆ ਉਹਨਾਂ ਦੇ ਪਰਚੇ ਦਰਜ ਕਰਾ ਕੇ ਜਿੰਨਾ ਉਹਨਾਂ ਦਾ ਪੈਸਾ ਜਿਹੜਾ ਉਹਨਾਂ ਨੇ ਤਨਖਾਹਾਂ ਲਈਆਂ ਆ ਉਹ ਸਰਕਾਰ ਦੇ ਖਾਤੇ ਵਿੱਚ ਪਵਾਵਾਂਗੇ ਔਰ ਜੋ ਵੀ ਜਿਹੜਾ ਇਹ ਸ਼ਾਂਤਮਈ ਢੰਗ ਨਾਲ ਹੋਏਗਾ ਜੋ ਵੀ ਕਿਉਂਕਿ ਅਸੀਂ ਸਾਨੂੰ ਸ਼ਹਿਰ ਵਾਲਿਆਂ ਦਾ ਵੀ ਸਹਿਯੋਗ ਚਾਹੀਦਾ ਹੈ। ਅਸੀਂ ਸ਼ਹਿਰ ਬੰਦ ਕਰਾਵਾਂਗੇ ਨਾ ਕਿ ਕੋਈ ਰੋਡ ਜਾਮ ਕਰਾਂਗੇ ਔਰ ਅਸੀਂ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡਾ ਸਹਿਯੋਗ ਕਰੋ ਕਿਉਂਕਿ ਵਾਲਮੀਕਿ ਮਜ਼ਹਬੀ ਸਮਾਜ ਐਸੀ ਪੂਰੇ ਸਮਾਜ ਨਾਲ ਧੱਕਾ ਹੋਇਆ ਔਰ ਇਸ ਧੱਕੇ ਦੇ ਸਾਨੂੰ ਸਮਰਥਨ ਦਿਓ ਅਤੇ ਪੂਰਾ ਸ਼ਹਿਰ ਜਿਹੜਾ ਆ 12 ਜੂਨ ਨੂੰ ਉਹ ਬੰਦ ਕੀਤਾ ਜਾਵੇ। ਇੰਨਾ ਹੀ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਜੈ ਵਾਲਮੀਕਿ ਹਰ ਹਰ ਵਾਲਮੀਕਿ। ਅੱਜ 12:30 ਦੇ ਬੰਦ ਉੱਤੇ ਇੱਕ ਵਿਸ਼ਾਲ ਮੀਟਿੰਗ ਹੋਈ ਜਿਹਦੇ ਨਿਰਣਾ ਲਿਆ ਗਿਆ। ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਸ਼ਾਂਤਮਈ ਢੰਗ ਨਾਲ ਬੰਦ ਹੋਣਾ ਚਾਹੀਦਾ, ਨਾ ਕੋਈ ਖੁੱਲ੍ਹੇ, ਜੇਕਰ ਖੁੱਲ੍ਹੇਗਾ ਉਹ ਆਪਣੀ ਜਾਨ ਮਾਲ ਦਾ ਜ਼ਿੰਮੇਵਾਰ ਹੋਏਗਾ। ਵਾਲਮੀਕਿ ਸਮਾਜ ਨੂੰ ਇਹੀ ਬੇਨਤੀ ਕਰਦੇ ਕਿ ਬੰਦ ਦੇ ਸੱਦੇ ਉੱਤੇ ਸਹਿਯੋਗ ਦੇਵੋ, ਸ਼ਾਂਤਮਈ ਢੰਗ ਦੇ ਨਾਲ ਇਹਨੂੰ ਚਲਾਓ, ਕਿਉਂਕਿ ਜਿਹੜੀ ਮੂਵਮੈਂਟ ਕੋਈ ਛੋਟੀ ਮੂਵਮੈਂਟ ਨਹੀਂ ਹੈਗੀ, ਵੱਧ ਵੀ ਸਕਦੀ ਹੈ ਘੱਟ ਵੀ ਸਕਦੀ ਹੈ। ਕਾਰਨ ਕਿ ਜੋ ਕਿ ਦੂਸਰੀ ਬਰਾਦਰੀ ਵਾਲੇ ਨੌ ਸਜੂਲਕਾ ਸੱਟ ਕੇ ਬਣਾ ਕੇ ਜੋ ਬੈਨੀਫਿਟ ਲੈਂਦੇ ਨੇ, ਇੱਕ ਬੜਾ ਵੱਡਾ ਮੁੱਦਾ ਫੜਿਆ ਗਿਆ ਕਿ ਇੱਕ ਜੱਟ ਸਿੱਖ ਨੇ ਵਾਲਮੀਕਿ ਸਰਟੀਫਿਕੇਟ ਬਣਾ ਕੇ ਅਤੇ 34 ਸਾਲ ਨੌਕਰੀ ਕੀਤੀ, ਰਿਟਾਇਰਮੈਂਟ ਲਈ ਪੈਨਸ਼ਨ ਵੀ ਲੈਂਦਾ ਪਿਆ। ਇਹ ਮੁੱਦੇ ਨੂੰ ਤਾਂ ਚੁੱਕਣਾ ਹੈ, ਇਹਦੇ ਨਾਲ ਨਾਲ ਹੋਰ ਵੀ ਕਈ ਲੋਕ ਪਕੜੇ ਜਾਣਗੇ ਜੇ ਕੋਈ ਵਾਲਮੀਕਿ ਸਮਾਜ ਦਾ ਦਲਿਤਾਂ ਦੇ ਸਰਟੀਫਿਕੇਟ ਬਣਾ ਕੇ ਫਾਇਦੇ ਲੈਂਦੇ ਆ। ਲੇਕਿਨ ਉਹਨਾਂ ਨੂੰ ਆਪਣੇ ਆਪ ਹੀ ਅਸਤੀਫੇ ਦੇ ਕੇ ਬਾਹਰ ਆ ਜਾਣਾ ਚਾਹੀਦਾ। ਜੇ ਨਾ ਆਏ ਇਹ ਮੁੱਦੇ ਗਾਂ ਤੋਂ ਚੱਲਦੇ ਜਾਣਗੇ, ਬਖਸ਼ਿਆ ਕੋਈ ਵੀ ਨਹੀਂ ਜਾਵੇਗਾ। ਧੰਨਵਾਦ। ਜੈ ਵਾਲਮੀਕਿ ਹਰ ਹਰ ਵਾਲਮੀਕਿ। ਦੇਖੋ ਜੀ, ਮੋਹਾਲੀ ਦੇ ਵਿੱਚ ਜਿਹੜਾ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਔਰ ਹਰਨੇਕ ਸਿੰਘ ਜੀ ਉਹਦੀ ਜਿਹੜੀ ਅਗਵਾਈ ਕਰ ਰਹੇ ਨੇ, ਅਵਤਾਰ ਸਿੰਘ ਸੋਤਾ ਜੀ, ਉਹਨਾਂ ਵੱਲੋਂ ਪੰਜਾਬ ਬੰਦ ਕਾਲ ਜਿਹੜੀ ਆਈ ਹੈ ਕੱਲ੍ਹ ਔਰ ਅੰਮ੍ਰਿਤਸਰ ਦੇ ਵਿੱਚ ਟੋਟਲ ਜਥੇਬੰਦੀਆਂ, ਕਾਰਪੋਰੇਸ਼ਨਾਂ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਇੱਥੇ ਸ਼ਿਰਕਤ ਕੀਤੀ ਹੈ ਔਰ ਉਹ ਜਿਹੜਾ 12 ਤਰੀਕ ਪੰਜਾਬ ਬੰਦ ਦਾ ਜਿਹੜਾ ਸੱਦਾ ਹੈ ਉਹਨੂੰ ਪੂਰੇ ਪੰਜਾਬ ਦੇ ਵਿੱਚ ਭਰਮਾ ਹੁੰਗਾਰਾ ਮਿਲ ਰਿਹਾ ਹੈ। ਅੰਮ੍ਰਿਤਸਰ ਵੱਲੋਂ ਵੀ ਟੋਟਲ ਸੰਗਠਨ ਜਿਹੜੇ ਆ ਉਹ ਬੰਦ ਦੇ ਹੱਕ ਵਿੱਚ ਹੈ ਔਰ ਉਹਦਾ ਸਮਰਥਨ ਕਰਦੇ ਨੇ, ਕਿਉਂਕਿ ਹਾਲੇ ਤਾਂ ਇੱਕ ਚੋਰ ਫੜਿਆ, ਉਹ ਚੋਰ ਦੀ ਮਾਂ ਵੀ ਲੱਭਣੀ ਆ ਵੀ ਜਿਹੜੀ ਚੋਰ ਦੀ ਮਾਂ ਆ ਉਹ ਕਿੱਥੇ ਲੁਕੀ ਆ। ਇਸ ਕਰਕੇ ਅੰਮ੍ਰਿਤਸਰ ਦੀਆਂ ਸਾਰੀਆਂ ਜਥੇਬੰਦੀਆਂ ਤਗੜੀਆਂ ਹੋ ਗਈਆਂ ਆ ਔਰ ਇੱਕਜੁੱਟ ਹੋ ਕੇ ਇਹ ਜਿਹੜਾ ਸੰਘਰਸ਼ ਹੈ ਉਹਨੂੰ ਲੜਿਆ ਜਾਏਗਾ। ਲੋਕਾਂ ਨੂੰ ਅਪੀਲ ਕਰਦੇ, ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ ਵੀ ਅਸੀਂ ਕਦੀ ਵੀ ਤੁਹਾਡੇ ਕੋਲ ਸਹਿਯੋਗ ਨਹੀਂ ਮੰਗਿਆ, ਪਰ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਹਿਯੋਗ ਦਿਓ। ਆਪੋ ਆਪਣੇ ਅਦਾਰੇ, ਆਪਣੀਆਂ ਦੁਕਾਨਾਂ, ਆਪਣੇ ਕਾਰੋਬਾਰ ਅੰਮ੍ਰਿਤਸਰ ਵਿੱਚ ਸੋਮਵਾਰ ਤੱਕ ਬੰਦ ਰੱਖਣ, ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ। ਦੇਖੋ ਜੀ, ਸਫਾਈ ਫੈਡਰੇਸ਼ਨ ਯੂਨੀਅਨ ਜਿਹੜੀ ਹੈ ਉਹਨਾਂ ਦਾ ਆਪਣਾ ਰੋਲ ਹੈ, ਕਿਉਂਕਿ ਜਿਹੜਾ ਇਹ ਨੋਟਿਸ ਦਿੱਤਾ ਜਾਂਦਾ ਇੱਕ ਉਹ ਸਮਾਂ ਨਹੀਂ ਮਿਲਿਆ ਨੋਟਿਸ ਦੇਣ ਦਾ, ਪਰ ਫਿਰ ਵੀ ਉਹ ਯੂਨੀਅਨ ਜਿਹੜੀ ਆ ਸਾਡਾ ਸਹਿਯੋਗ ਕਰ ਰਹੀ ਆ। ਧੰਨਵਾਦ ਜੀ। ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਹਰਨੇਕ ਸਿੰਘ ਜੀ ਵੱਲੋਂ ਇੱਕ ਬੜੇ ਲੰਬੇ ਸਮੇਂ ਤੋਂ ਮੁਹਿੰਮ ਚਲਾਈ ਗਈ ਸੀ ਜਿਹੜੇ ਕਿ ਸਾਡੀ ਰਿਜ਼ਰਵੇਸ਼ਨ ਦੇ ਮਾਧਿਅਮ ਤੋਂ ਇਹ ਲੜਾਈ ਹੈ ਜਿਹੜੀ ਉਹ ਜਨਰਲ ਕੈਟਾਗਰੀ ਦੇ ਲੋਕ ਜਾਲੀ ਸਰਟੀਫਿਕੇਟ, ਐਸ ਸੀ ਸਰਟੀਫਿਕੇਟ ਬਣਾ ਕੇ ਆਪਣੇ ਅਹੁਦਿਆਂ 'ਤੇ ਕੰਮ ਵੀ ਕਰ ਚੁੱਕੇ ਨੇ ਔਰ ਸਰਵਿਸ ਵੀ ਲੈ ਚੁੱਕੇ ਨੇ, ਉਹਨਾਂ ਨੂੰ ਜਿਹੜਾ ਚਲਾ ਉਹਨਾਂ ਦਾ ਪਰਦਾਫਾਸ਼ ਕੀਤਾ ਉਹਨਾਂ ਨੇ, ਉਹਨਾਂ ਦੇ ਨਾਲ ਨਾਲ ਸਰਕਾਰ ਇੰਨੀ ਅੰਨੀ ਗੋਲੀ ਹੋਈ ਪਈ ਹੈ ਕਿ ਜਿੰਨੇ ਕੋਈ ਵੀ ਉਹਨਾਂ 'ਤੇ ਐਕਸ਼ਨ ਨਹੀਂ ਲਿੱਤਾ, ਅਜੇ ਤੱਕ ਉਹ ਲੜਾਈ ਸਾਡਾ ਸਮਾਜ ਲੜ ਰਿਹਾ। ਇਸ ਕਰਕੇ ਜਿਹੜੀ ਉਹਨਾਂ ਦੀ ਬੰਦ ਦੀ ਕੌਲ ਹੈ 12 ਤਰੀਕ ਦੀ, ਪੂਰਨ ਵਾਲਮੀਕਿ ਸਮਾਜ
ਸਾਡਾ ਦਲਿਤ ਸਮਾਜ ਜਿਹੜਾ ਵੀ ਹੈ ਅੰਮ੍ਰਿਤਸਰ ਦਾ ਉਹ ਇਕਮੁੱਠ ਹੋ ਕੇ ਕੇਂਦਰੀ ਵਾਲਮੀਕਿ ਮੰਦਰ ਤੋਂ ਇਹ ਜਿਹੜੀ ਕੱਲ੍ਹ ਬੰਦ ਦਾ ਸੱਦਾ ਦਿੱਤਾ ਗਿਆ ਉਹਨੂੰ ਪੂਰਨ ਅੰਮ੍ਰਿਤਸਰ ਨੂੰ ਬੰਦ ਕਰਵਾਏਗਾ। ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਦਾ ਇਹਦੇ 'ਚ ਸਹਿਯੋਗ ਹੈ ਔਰ ਸਮਰਥਨ ਹੈ ਅਤੇ ਮੈਂ ਚਾਹੂੰਗਾ ਕਿ ਜਿਹੜੇ ਸਾਡਾ ਵਪਾਰੀ ਵਰਗ ਹੈ ਜਿਹੜਾ ਕਿ ਦੁਕਾਨਦਾਰ ਨੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਬਾਜ਼ਾਰ ਬੰਦ ਰੱਖਣ ਤਾਂ ਜੋ ਨਾ ਕਿ ਉਹਨਾਂ ਦਾ ਕੋਈ ਨੁਕਸਾਨ ਹੋ ਸਕੇ, ਕਿਉਂਕਿ ਜੇਕਰ ਕੋਈ ਵਾਦ ਵਿਵਾਦ 'ਚ ਕੋਈ ਦੁਕਾਨ ਬੰਦ ਨਹੀਂ ਕਰਦਾ ਵੇਰਦਾ ਤਾਂ ਫਿਰ ਲੜਾਈ ਝਗੜਾ ਜੇ ਹੁੰਦਾ ਆ ਤਾਂ ਸਾਡੇ ਸਮਾਜ ਦਾ ਨਾਮ ਬਦਨਾਮ ਹੁੰਦਾ। ਅਸੀਂ ਪੀਸਫੁਲੀ ਸਾਰਾ ਕੰਮ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਰਾ ਜਿਹੜਾ ਅੰਮ੍ਰਿਤਸਰ ਦਾ ਵਪਾਰ ਮੰਡਲ ਹੈ ਸਾਡਾ ਸਹਿਯੋਗ ਕਰੇ ਔਰ ਅਸੀਂ ਉਹਨਾਂ ਦੇ ਨਾਲ ਇਸੇ ਤਰ੍ਹਾਂ ਹੀ ਪਿਆਰ ਮੁਹੱਬਤ ਦੀ ਭਾਸ਼ਾ ਦੇ ਨਾਲ ਉਹਨਾਂ ਦਾ ਸਹਿਯੋਗ ਕਰਦੇ ਹਾਂ। ਜੈ ਵਾਲ।